ਭਗਵੰਤ ਮਾਨ ਦੇ ਹੁਣ ਘਰ ਦੇ ਵਿੱਚ ਖੜੇ ਹੋਏ ਆ ਜਿੱਥੇ ਭਗਵੰਤ ਮਾਨ ਹੋਰਾਂ ਦਾ ਬਚਪਨ ਬੀਤਿਆ ਦੇਖ ਸਕਦੇ ਹੋ ਕਿ ਐਡੇ ਵੱਡੇ ਮੰਤਰੀ ਨੇ ਪਰ ਫਿਰ ਵੀ ਛੋਟੇ ਜਿਹੇ ਘਰ ਦੇ ਵਿੱਚ ਹੀ ਰਹਿੰਦੇ ਆ ਜਦੋਂ ਪਿੰਡ ਆਉਂਦੇ ਆ ਤਾਂ ਗੇੜਾ ਮਾਰਦੇ ਹਾਂ ਹਾਂ ਆ ਤਾਂ ਦੇਖ ਲਓ ਤੁਸੀਂ ਆ ਸਾਨੂੰ ਦਿਂਦੇ ਆ ਪੁਰਾਣਾ ਘਰ ਕੋਈ ਮਹਿਲ ਨਹੀਂ ਉੱਥੇ ਆ ਸੁਰੂਰਾਂ ਕਰਾਇਤੇ ਆ ਜਾਣੀ ਜਾਨੀ ਮੰਤਰੀ ਹੋ ਕੇ ਵੀ ਸੰਗਰੂਰ ਕਰਾਏ ਤੇ ਰਹਿ ਰਹੇ ਹਾਂ ਹਾਂ ਪਟਿਆਲਾ ਰੋਡ ਤੇ ਗਰੇਵਾਲ ਕਲੋਨੀਆ ਜਦੋਂ ਮਰਜੀ ਆਜੋ ਪਟਿਆਲਾ ਰੋਡ ਤੇ ਕਰਾਈ ਤੇ ਲੀਡਰ ਤਾਂ ਬਹੁਤ ਜਾਇਦਾਦਾਂ ਬਣਾ ਲੈਂਦੇ ਆ ਅੱਛਾ ਲੋਕ ਬਣਾਈ ਜਾਂਦੇ ਨੇ ਅਸੀਂ ਵੇਚਣ ਨੂੰ ਤਿਆਰ ਹੋ ਰਹੇ ਹਾਂ ਵੀ ਜੇ ਵੇਚ ਕੇ ਵੀ ਕਰਜ਼ਾ ਲਈ ਜੇ ਮੈਂ ਗੱਲ ਕਰਾਂ ਕਿ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਜਾਣਗੇ ਭਗਵੰਤ ਮਾਨ ਇਰਤਾਇਕਰ ਛੱਡ ਦੋਂਗੇ ਫਿਰ ਤੈਨੂੰ ਮੋਡੀਫਾਈ ਕਰਵਾ ਲੂੰਗੀ ਨਹੀਂ ਨਹੀਂ ਇਹ ਨਹੀਂ ਇਹ ਘਰ ਨਹੀਂ ਛੁੱਟੂਗਾ ਮੈਂ ਪਿਰਸਨ ਲੈਣੀ ਐ ਅੰਕਲ ਜੀ ਦੀ 25000 25000 ਚੋਂ ਮੈਂ ਆਪਦਾ ਖਰਚਾ ਆਪ ਕੋ ਦੂੰ ਮੈਂ ਬਈ ਪਕਵਾਂ ਤੋਂ ਕੋਈ ਪੈਸਾ ਨਹੀਂ ਮੰਗਦਾ ਕਿਉਂਕਿ ਉਹ ਤਾਂ ਤੁਹਾਡੇ ਪੈਸੇ ਨੇ ਅਸੀਂ ਥੋੜੇ ਪੈਸਿਆਂ ਚੋਂ ਲੈ ਲੈ ਕੇ ਅਸੀਂ ਘਰ ਤੇ ਲਾ ਦਈਏ ਨਾ ਨਾ ਇਹ ਗੱਲ ਤਾਂ ਕਰਨੀ ਨਹੀਂ ਹਾਂ ਆਮ ਲੋਕਾਂ ਦਾ ਪੈਸਾ ਆਪਣਾ ਪੈਸਾ ਹੀ ਗਿਆ ਹੋਇਆ ਉੱਥੇ ਟੈਕਸ ਦਾ ਉਹ ਪੈਸਾ ਭਗਵੰਤ ਮੈਨੂੰ ਬੰਗਲਾ પાਕੇ ਦੇ ਦੇ ਮੇਰੇ ਉਰੇ ਸੰਤਰੀ ਖੜ ਜਾਣ ਨਾ ਇਹ ਗੱਲ ਨਹੀਂ ਮੈਨੂੰ ਕੱਲੀ ਨੂੰ ਕੁਝ ਨਹੀਂ ਲੰਦਾ ਕਹਿੰਦੇ ਭਗਵੰਤ ਮਨ ਸ਼ਰਾਬੀ ਆ ਹਾਂ ਭਗਵੰਤ ਹੋਰ ਨਹੀਂ ਪਿੰਦੇ ਹਾਂ ਉਹ ਨਹੀਂ ਪਿੰਦੇ ਉਹ ਗਾਤਰਾ ਲਾ ਕੇ ਪਿੰਦੇ ਨੇ ਭਗਵੰਤ ਮਨ ਮੂੰਹ ਪੀ ਲੈਂਦਾ ਹੋਊਗਾ ਉਹਨੇ ਗਾਤਰਾ ਨਹੀਂ ਪਾਇਆ ਹੋਇਆ ਨਾ ਪਹਿਲੀ ਬਾਰ ਗਿਆ ਸੀ ਨੂਰੀ ਸਰਦੂਲ ਪੱਗ ਬੰਨੀ ਹੋਈ ਸੀ ਸ਼ੋਅ ਕਰਨ ਪਹਿਲੀ ਵਾਰ ਇਹਨਾਂ ਇਹਨੂੰ ਦੋ ਬੱਤਾਂ ਲਗਾ ਸੀ ਫਿਰ ਨੌਕਰ ਨੂੰ ਰੱਖਣ ਬਾਰੇ ਉਹ ਕੁੱਕ ਬਾਰੇ ਰੱਖਣ ਬਾਰੇ ਸੋਚੇ ਇਹ ਕੁੱਕਰਾ ਬਾਰੇ ਮੈਂ ਨਹੀਂ ਸੋਚ ਸਕਦੀ ਮੈਂ ਕੱਲੀ ਜਾਣੀ ਆ ਮੈਂ ਕੁੱਕੋ ਕੀ ਕਰੂੰਗੀ ਐਟਾ ਸੋਚ ਚ ਬਦਲਾ ਕਿਉਂ ਐਟਾ ਐਟਾ ਲੋਕਾਂ ਮੰਤਰੀਆਂ ਨਾਲੋਂ ਐਟਾ ਬਦਲ ਕਿਵੇਂ ਸੋਚ ਚ ਮਹਾਰਾਜ ਨੇ ਕਰਿਆ ਹੈ ਉਹ ਬਾਬੇ ਨਾਨਕ ਨੇ ਵਾਇਆ ਹੈ ਬਲ ਬਿਲੋੜੀ ਨੇ ਆਪਾਂ ਨੂੰ ਕੋਈ ਚੋਰੀ ਨਹੀਂ ਕਰਨੀ ਕੋਈ ਠੱਗੀ ਨਹੀਂ ਕਰਨੀ ਆਪਾਂ ਨੂੰ ਕਿਉਂ ਸਕਿਉਰਿਟੀ ਗਾਰਡਾਂ ਦਾ ਐਮੀ ਖਰਚਾ ਪਤਾਈਏ ਜਦੋਂ ਜਦੋਂ ਉਹ ਭਗਵੰਤ ਜੀ ਨੂੰ ਤੁਰਿਆ ਫਿਰਿਆ ਦੇ ਤੁਰਦਾ ਫਿਰਦਾ ਦੇਖਦੀ ਹਾਂ ਵੱਡੇ ਵੱਡੇ ਲੋਕਾਂ 'ਚ ਬੈਠਿਆ ਦੇਖ ਸਕਦੇ ਹਾਂ ਦੇਖਦੇ ਹਾਂ ਸਕਦੇ ਹਾਂ ਵਧੀਆ ਲੱਗਦਾ ਜਦੋਂ ਮੋਦੀ ਨਾਲ ਲੜਦਾ ਉਦੋਂ ਵੀ ਵਧੀਆ ਲੱਗਦਾ ਬਹੁਤ ਸਰਕਾਰਾਂ ਦੇਖ ਲਈਆਂ ਹੁਣ ਤੁਸੀਂ ਇੱਕ ਇੱਕ ਮੌਕਾ ਭਗਵਾਨ ਤਮਾਨੂੰ ਆਪ ਮਣਾ ਕੇ ਦੇਖ ਲਓ ਚਲ ਜੇ ਨਹੀਂ ਉਹ ਹੋਊਗਾ ਆਪਾਂ ਛੇਤੀ ਬਦਲ ਦਾਂਗੇ ਇਹ ਤਾਂ ਪਾਈ ਸੱਤ ਹੀ ਆ ਆਪਾਂ ਕਹਾਂਗੇ ਨਹੀਂ ਵਧੀਆ ਲੱਗਿਆ ਸੋ ਭਗਵੰਤ ਮਾਨ ਦੇ ਹੁਣ ਘਰ ਦੇ ਵਿੱਚ ਖੜੇ ਹੋਏ ਆ ਜਿੱਥੇ ਭਗਵੰਤ ਮਾਨ ਹੋਰਾਂ ਦਾ ਬਚਪਨ ਬੀਤਿਆ ਦੇਖ ਸਕਦੇ ਹੋ ਕਿ ਐਡੇ ਵੱਡੇ ਮੰਤਰੀ ਨੇ ਪਰ ਫਿਰ ਵੀ ਛੋਟੇ ਜਿਹੇ ਘਰ ਦੇ ਵਿੱਚ ਹੀ ਰਹਿੰਦੇ ਆ ਜਦੋਂ ਪਿੰਡ ਆਉਂਦੇ ਆ ਤਾਂ ਘੇੜਾ ਮਾਰਦੇ ਆ ਭਗਵੰਤ ਮਾਨ ਹੋਰਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਤੋਂ ਵੀ ਕੁਝ ਕੁ ਯਾਦਾਂ ਨੇ ਜਿਹੜੀਆਂ ਭਗਵੰਤ ਮਾਨ ਦੀਆਂ ਬਚਪਨ ਦੀਆਂ ਉਹ ਵੀ ਸੁਣਾਵਾਂਗੇ ਮਾਤਾ ਜੀ ਬਹੁਤ-ਬਹੁਤ ਸਵਾਗਤ ਹੈ ਸੁਰਖਾਵ ਟੀਵੀ ਤੇ ਤੇ ਇਹ ਆਵਾਜ਼ ਉਠੀ ਹੈ ਕਿ 2022 ਚ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਵਾਲਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਭਾਈ ਦੇਖੋ ਲੋਕ ਕੁਰਸੀ ਤੇ ਬਿਠਾਉਣ ਵਾਲੇ ਇਹ ਲੋਕਾਂ ਨੂੰ ਪਤਾ ਚਾਹਿਆ ਸਾਨੂੰ ਤਾਂ ਕੀ ਪਤਾ ਇਥੇ ਪਿੰਡਾਂ 'ਚ ਰਹਿਣ ਵਾਲੇ ਬੰਦੇ ਆ ਅਸੀਂ ਤਾਂ ਪਿੰਡਾਂ 'ਚ ਰਹਿਣ ਵਾਲੇ ਆ ਬਹੁਤ ਸਦਾ ਬਹੁਤ ਸਧਾਰਨ ਜੀ ਜ਼ਿੰਦਗੀ ਜੀ ਨੇ ਉਹ ਨਖਰਾ ਉਹ ਉਹ ਚੀਜ਼ ਹੈ ਹੀ ਨਹੀਂ ਐਟੀਟਿਊਡ ਉਹ ਸਾਡੇ ਚਾਹੀ ਨਹੀਂ ਆਪ ਜਹਾ ਸਾਲ ਪੁਰਾਣਾ ਘਰ ਆ ਦੇਖ ਲੋ 5 ਸਾਲ ਮੰਗ ਲੋ ਇਹਨੂੰ ਰੰਗ ਰੋਗ ਨਮਾਇ ਕਰਾਉਣੀ ਆ ਆਪਦੇ ਉਹਨੇ ਨਹੀਂ ਕਦੀ ਕਰਾਇਆ ਅੱਛਾ ਕੋ ਗਤੀ ਰਕਰ ਮਮੀ ਤੂੰ ਇੰਨੀ ਜਦੇ ਵੀ ਤੂੰ ਕਰਾ ਮੈਂ ਤਾਂ ਹੁਣ ਪਿੰਡ ਗੇੜਾ ਮਾਰਦਾ ਘੰਟਾ ਆਉਂਗਾ ਦੋ ਘੰਟੇ ਆਉਂਗਾ ਉਹ ਤੁਹਾਨੂੰ ਪਤਾ ਇਹ ਲੋਕਾਂ ਨੇ ਕੀ ਕਿਹਾ ਮੈਂ ਗੱਲ ਕਰਾਂ ਕਿ ਭਗਵੰਤ ਮਾਨ ਜਦੋਂ ਆਉਂਦੀ ਐ ਲੰਘਦੇ ਕਦੋਂ ਇਧਰ ਦੀ ਤਾਂ ਗੇੜਾ ਮਾਰਦੇ ਪਿੰਡਾਂ ਸਾਰਿਆਂ ਨੂੰ ਪਤਾ ਜਿਨ੍ਹਾਂ ਨੂੰ ਜਿਹੜਿਆਂ ਨੂੰ ਮਿਲ ਕੇ ਜਾਂਦਾ ਉਹਨਾਂ ਨੂੰ ਪੁੱਛ ਲਓ ਉਹੀ ਦੱਸ ਦੇ ਲੈਣੇ ਹਾਂ ਤੇ ਕੋਈ ਭਗਵੰਤ ਮਾਨ ਦੀ ਯਾਦਗਾਰ ਹੋਵੇ ਬਚਪਨ ਦੀ ਯਾਦਗਾਰ ਬਚਪਨ ਦੀ ਉਹ ਪਈਆਂ ਨੇ ਅੱਛਾ ਦੇਖ ਲਾ ਅੰਦਰ ਵਗ ਚਲੋ ਤੁਸੀਂ ਪਹਿਲਾਂ ਉਹੀ ਦੇਖ ਲਓ ਉਹ ਯਾਦਗਾਰ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਮਾਤਾ ਜੀ ਜੇ ਮੈਂ ਗੱਲ ਕਰਾਂ ਕਿ ਛੋਟੇ ਜੇ ਬੱਚੇ ਤੋਂ ਇੱਕ ਸਧਾਰਨ ਜੀਵਨ ਸਧਾਰਨ ਜੇ ਪਰਿਵਾਰ ਤੋਂ ਨਿਕਲ ਕੇ ਸਿਆਸਤ ਦੇ ਉਹ ਕੁਰਸੀ ਤੇ ਜਾ ਕੇ ਬੈਠਣਾ ਬਹੁਤ ਕੋਈ ਛੋਟੀ ਮੋਟੀ ਗੱਲ ਨਹੀਂ ਕਿਵੇਂ ਸਮਝਦੇ ਹੋ ਭਗਵੰਤ ਮਾਨ ਦੀ ਕਿਸਮਤ ਸਮਝਦੇ ਹੋ ਜਾਂ ਮਿਹਨਤ ਸਮਝਦੇ ਹੋ ਸੀ ਮਿਹਨਤ 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 ਕਿਸਮਤ ਮਗਰੋਂ ਸਾਥ ਦੇਊਗੀ ਪਹਿਲਾਂ ਮਿਹਨਤ ਦੇਊਗੀ ਅੱਛਾ ਹਾਂ ਬਾਬਾ ਸਾਥ ਮਗਰੋਂ ਦੇਊਗਾ ਨਾ ਬਾਬਾ ਸਾਥ ਦੇਊਗਾ ਪਰ ਮੈਂ ਮਿਹਨਤ ਜ਼ਿਆਦਾ ਕਰਨੀ ਪਊਗੀ ਅੱਛਾ ਹਾਂ ਵੰਤਮਾਨ ਹੋਰਾਂ ਦੇ ਜਦੋਂ ਸਨੇਹ ਆਉਂਦੇ ਆ ਲੋਕਾਂ ਦੇ ਤੁਹਾਨੂੰ ਵੀਡੀਓਜ਼ ਦੇਖਦੇ ਹੋ ਨੈੱਟ ਦੇ ਉੱਤੇ ਜਦੋਂ ਕੋਈ ਜਵਾਕ ਦਿਖਾਉਂਦੇ ਆ ਕਿਵੇਂ ਦਾ ਮਹਿਸੂਸ ਹੁੰਦਾ ਉਦੋਂ ਵਧੀਆ ਲੱਗਦਾ ਲੋਕਾਂ ਵਾਸਤੇ ਮੰਗ ਕਰਦਾ ਵੀ ਆਹ ਚੀਜ਼ ਲੋਕਾਂ ਨੂੰ ਚਾਹੀਦੀ ਆ ਆਹ ਚੀਜ਼ ਕਿਸਾਨਾਂ ਨੂੰ ਚਾਹੀਦੀ ਆ ਕਿਸਾਨਾਂ ਵਾਸਤੇ ਮੰਗਦਾ ਨਾ ਆਪਦੇ ਵਾਸਤੇ ਕੁਝ ਨਹੀਂ ਮੰਗਦਾ ਉਹ ਆਪਦੇ ਵਾਸਤੇ ਤਾਂ ਹੈਗਾ ਜਿਹੜਾ ਮਹਾਰਾਜ ਨੇ ਦਿੱਤਾ ਹੋਇਆ ਸਾਨੂੰ ਤਾਂ ਆਹੀ ਵਾਧੂ ਆ ਜਾਣੀ ਇਹ ਘਰ ਚ ਭਗਵੰਤ ਮਾਨ ਹੋਰੀ ਰਹਿੰਦੇ ਆ ਇਹਦੇ ਚ ਖੁਸ਼ ਰਹਿੰਦੇ ਆ ਇਹਦੇ ਚ ਤੁਸੀਂ ਕੋਈ ਮੈਨੇ ਐਸੇ ਚ ਹੀ ਪੜੇ ਨੇ ਫਿਰ ਤੁਸੀਂ ਉਹ ਗੱਲ ਕਿਉਂ ਨਹੀਂ ਸੋਚੀ ਕਿ ਅਸੀਂ ਵੱਡੇ ਵੱਡੇ ਮੰਤਰੀਆਂ ਵਾਂਗੂ ਮਹਿਲ ਬਣਾ ਲਈਏ ਤੇ ਉਹ ਏਸੀ ਵਾਲੇ ਕਮਰਿਆਂ ਚ ਰਹੀਏ ਉਹ ਚੀਜ਼ ਕਿਉਂ ਨਹੀਂ ਸੋਚੀ ਨਹੀਂ ਏਸੀ ਵਾਲੇ ਕਮਰਿਆਂ ਚ ਅਸੀਂ ਸੋਚ ਸੋਚ ਸਕਦੀ ਨਹੀਂ ਅੱਛਾ ਕਿਸੇ ਦਾ ਪੈਸਾ ਅਸੀਂ ਖਾਣਾ ਨਹੀਂ ਹੈਗਾ ਅੱਛਾ ਜੇ ਚਾਹ ਦਾ ਕੱਪ ਵੀ ਪੀਊਗਾ ਉਹਦਾ ਵੀ ਹਿਸਾਬ ਦੇਊਗਾ ਵੀ ਫਲਾਣੇ ਥਾਂਵੇਂ ਮੈਂ ਚਾਹ ਦਾ ਕੱਪ ਪੀਤਾ ਸੀ ਅੱਛਾ ਹਾਂ ਆ ਤਾਂ ਦੇਖ ਲਓ ਤੁਸੀਂ ਆ ਸਾਨੂੰ ਦੀਂਦੇ ਆ ਪੁਰਾਣਾ ਘਰ ਕੋਈ ਮਹਿਲ ਨਹੀਂ ਉੱਥੇ ਆ ਸਹੁਰੂਆਂ ਕਰਾਇਤੇ ਆ ਜਣੀ ਜਣੀ ਮੰਤਰੀ ਹੋ ਕੇ ਵੀ ਸੰਗਰੂਰ ਕਰਾਏ ਤੇ ਰਹਿ ਰਹੇ ਹਾਂ ਹਾਂ ਪਟਿਆਲਾ ਰੋਡ ਤੇ ਗਰੇਵਾਲ ਕਲੋਨੀਆ ਜਦੋਂ ਮਰਜੀ ਆਜੋ ਪਟਿਆਲਾ ਰੋਡ ਤੇ ਕਰਾਏ ਤੇ ਆ ਅੱਛਾ ਤੇ ਫਿਰ ਇਹ ਬਾਕੀ ਲੀਡਰਾਂ ਨਾਲੋਂ ਇੰਨਾ ਸੋਚ ਵਿੱਚ ਫਰਕ ਕਿਵੇਂ ਕਿ ਉਹ ਤਾਂ ਏਸ਼ੀਆਂ ਤੋਂ ਬਾਹਰ ਨਹੀਂ ਨਿਕਲਦੇ ਮਹਿਲਾਂ ਤੋਂ ਬਾਹਰ ਨਹੀਂ ਨਿਕਲਦੇ ਕੀ ਪਤਾ ਉਹ ਲੋਕਾਂ ਨੂੰ ਕੀ ਗਿੱਦੜ ਸਿੰਘੀ ਫੜਾਈ ਹੋਈ ਆ ਸਾਨੂੰ ਉਹ ਕਿਦੜ ਸਿੰਘੀ ਫੜਾਈ ਨਹੀਂ ਹੈਗੀ ਵੀ ਨਹੀਂ ਹੈਗੀ ਨਾ ਸਾਲਾਂ ਚ ਫਿਰ ਉਹ ਪੈਸਾ ਲੀਡਰ ਤਾਂ ਬਹੁਤ ਜਾਇਦਾਦਾਂ ਬਣਾ ਲੈਂਦੇ ਆ ਅੱਛਾ ਲੋਕ ਬਣਾਈ ਜਾਂਦੇ ਨੇ ਅਸੀਂ ਵੇਚਣ ਨੂੰ ਤਿਆਰ ਹੋ ਰਹੇ ਹਾਂ ਵੀ ਜੇ ਵੇਚ ਕੇ ਵੀ ਕਰਜ਼ਾ ਲੈ ਜੀ ਇਹ ਵੀ ਠੀਕ ਹੈ ਹਾਂ ਨਾ ਇਹ ਇਹ ਕਈ ਲੋਕ ਇਲਜ਼ਾਮ ਵੀ ਲਾਉਂਦੇ ਆ ਭਗਵੰਤ ਮਾਨ ਤੇ ਇਧਰ ਨੂੰ ਆਜੋ ਉਹ ਕਹਿੰਦੇ ਆ ਕਿ ਭਗਵੰਤ ਮਾਨ ਗਾਇਕੀ ਛੱਡ ਕੇ ਕਲਾਕਾਰੀ ਛੱਡ ਕੇ ਸਿਆਸਤ ਦੇ ਵਿੱਚ ਆਇਆ ਆਪਣੇ ਨਾਮ ਚਮਕਾਉਣ ਨੂੰ ਪੈਸੇ ਕਮਾਉਣ ਨੂੰ ਆ ਪੈਸਾ ਤਾਂ ਫਿਰ ਤੁਹਾਨੂੰ ਦੀਂਦਾ ਹੀ ਹੈ ਨਾ ਜਿੰਨਾ ਕਮਾਉਂਦੇ ਨੇ ਪਹਿਲਾਂ ਕੁਝ ਹੁਣ ਮੋਦੀ ਨੇ ਹੋਕਰਤਾ 70000 ਹੋਰ ਕਟਾਤੀ ਤਨਖਾਹ ਅੱਛਾ ਹੁਣ ਤਨਖਾਹ ਕਿੱਥੇ ਹੈ ਤਨਖਾਹ ਕਿੰਨੀ ਕਰੂਗੀ ਅੱਛਾ ਕਿਰਾਇਆ ਵੀ ਦੇਣਾ ਕੋਠੀ ਦਾ ਫਿਰ ਆਪਦਾ ਖਰਚਾ ਵੀ ਆ ਜਿਵੇਂ ਮੈਂ ਗੱਲ ਕਰਾਂ ਕਿ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਜਾਣਗੇ ਭਗਵੰਤ ਮਾਨ ਫੇਰ ਤਾਂ ਇਹ ਘਰ ਛੱਡ ਦੋਗੇ ਫੇਰ ਤਾਂ ਇਹਨੂੰ ਮੋਡੀਫਾਈ ਕਰਵਾ ਲਓਗੇ ਨਹੀਂ 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 ਇਹ ਨਹੀਂ ਇਹ ਘਰ ਨਹੀਂ ਛੁੱਟੂਗਾ اچھا ਮੈਂ ਪੈਸੇ ਨਹੀਂ ਅੰਕਲ ਜੀ ਦੀ 25000 اچھا 25000 ਚੋਂ ਮੈਂ ਆਪਦਾ ਖਰਚਾ ਆਪ ਕਰੂੰਗਾ اچھا ਹਾਂ ਮੈਂ ਮੈਂ ਭਗਵੰਤ ਕੋ ਕਦੀ ਪੈਸਾ ਨਹੀਂ ਮੰਗਿਆ ਕਿਉਂ ਤਾਂ ਤੁਹਾਡੇ ਪੈਸੇ ਨੇ ਅਸੀਂ ਛੋੜੇ ਪੈਸਿਆਂ ਚੋਂ ਲੈ ਲੈ ਕੇ ਅਸੀਂ ਘਰ ਤੇ ਲਾ ਦਈਏ ਨਾ ਨਾ ਇਹ ਗੱਲ ਤਾਂ ਕਰਨੀ ਨਹੀਂ ਆਮ ਲੋਕਾਂ ਦਾ ਪੈਸਾ ਜਾਣੀ ਹਾਂ ਆਮ ਲੋਕਾਂ ਦਾ ਪੈਸਾ ਆਪਣਾ ਪੈਸਾ ਹੀ ਗਿਆ ਹੋਇਆ ਉੱਥੇ ਟੈਕਸ ਦਾ ਉਹ ਪੈਸਾ ਭੁਗਤ ਮੈਨੂੰ ਬੰਗਲਾ પાਕੇ ਦੇ ਦੇ ਮੇਰੇ ਉਰੇ ਸੰਤਰੀ ਖੜ ਜਾਣ ਨਾ ਇਹ ਗੱਲ ਨਹੀਂ ਮੈਨੂੰ ਕੱਲੀ ਨੂੰ ਕੁਝ ਨਹੀਂ ਹੁੰਦਾ ਮਾਤਾ ਜੀ ਮੈਂ ਇੱਕ ਗੱਲ ਬੜੀ ਖਾਸ ਦੇਖੀ ਐ ਇੱਥੇ ਜਦੋਂ ਘਰ ਦੇ ਅੰਦਰ ਐਂਟਰ ਹੋਇਆ ਨਾ ਤਾਂ ਕੋਈ ਸਕਿਉਰਟੀ ਗਾਰਡ ਨਾ ਇੱਥੇ ਕੋਈ ਹੋਰ ਬੰਦਾ ਤਾਇਨਾਤ ਕੀਤਾ ਹੋਇਆ ਨਾ ਕੋਈ ਤੁਹਾਡੇ ਇੱਥੇ ਨੌਕਰ ਹੈ ਇਹ ਕੀ ਚੱਕਰ ਹੈ ਮੇਰਾ ਪਿੰਡੀ ਵਾਲਾ ਵਧੀਆ ਮੇਰੇ ਪਿੰਡ ਸਾਰਾ ਮੇਰੇ ਜਿਵੇਂ 8 7 ਵਜੇ ਵੱਜ ਜਾਣ ਤੜਕੇ ਉਸ ਦਿਨ ਉਹਦੀ ਫੋਨ ਕਰਨ ਲੱਗੇ ਹਾਂਗੇ ਵੀ ਮੰਮੀ ਠੂਠੀ ਨਹੀਂ ताई तू उठी ਨਹੀਂ ਵੀ ਉਹ ਕਿਤੇ ਕੱਲੀ ਆ اچھا ਵੀ ਕਿਤੇ ਕੁਝ ਹੋਰ ਅੱਜ ਕੱਲ੍ਹ ਜਮਾਨਾ ਹੋ ਆ ਵੀ ਅਟੈਕ ਨਾ ਹੋ ਗਿਆ ਹੋਵੇ ਹਰੇ ਕਾਏ ਪੁੱਛੂ ਮੈਨੂੰ ਟੜਕੇ ਉੱਠ ਕੇ ਵੀ ਤੂੰ ਠੀਕ ਕਿਉਂ ਨਹੀਂ ਮੈਂ ਕਹੋ ਭਾਈ ਮੈਂ ਟੀਵੀ ਦੇਖੀ ਜਾਨੀ ਆ ਅੰਦਰ ਹੀ ਅੰਦਰ ਹੀ ਕੰਮ ਕਰ ਫਿਰ ਫਿਰ ਟੀਵੀ ਤੇ ਕੀ ਦੀਆਂ ਖਬਰਾਂ ਦੇਖਦੇ ਹੋ ਭਗਵੰਤ ਮਾਨ ਨੂੰ ਦੇਖ ਲੈਨੇ ਹੋ ਉਹ ਫਿਰ ਆਪ ਦਾ ਬੱਚਾ ਦੇਖਣਾ ਹੀ ਆ ਬਰੋਧੀ ਪਾਰਟੀਆਂ ਵੀ ਦੇਖਦੇ ਆ ਪਾਰਟੀਆਂ ਤਾਂ ਸਾਰੀਆਂ ਨੇ ਦੇਖਣੀ ਬੰਦ ਨਹੀਂ ਆਜ ਬੰਦ ਰਹਿ ਦਿਲ ਖੁਸ਼ ਹੁੰਦਾ ਮਾਤਾ ਜੀ ਹੁੰਦਾ ਹੀ ਆ ਆਂਦਾ ਹੁੰਦਾ ਹੀ ਆ ਸੋ ਇਹ ਭਗਵੰਤ ਮਾਨ ਜੀ ਦੇ ਮਾਤਾ ਜੀ ਨੇ ਹੁਣ ਘਰ ਦਾ ਅੰਦਰ ਦਾ ਦ੍ਰਿਸ਼ ਦਿਖਾਵਾਂਗੇ ਵੀ ਬਾਈ ਭਗਵੰਤ ਮਾਨ ਹੋਰਾਂ ਦਾ ਯਾਦਾਂ ਨੇ ਕੋਸ਼ਕ ਦੇਖ ਸਕਦੇ ਹੋ ਕਿ ਬਹੁਤ ਸਿੰਪਲ ਜਿਹਾ ਘਰ ਹੈ ਤੇ ਬਹੁਤ ਸਾਰੀਆਂ ਇੱਥੇ ਬਾਈ ਹੋਰਾਂ ਦੀਆਂ ਭਗਵੰਤ ਮਾਨ ਹੋਰਾਂ ਦੀਆਂ ਫੋਟੋਆਂ ਲੱਗੀਆਂ ਨੇ ਉਹ ਫੋਟੋਆਂ ਜ਼ਰੂਰ ਦਿਖਾਵਾਂਗੇ ਇਹ ਯਾਦਾਂ ਨੇ ਭਗਵੰਤ ਮਾਨ ਦੇ ਬਚਪਨ ਦੀਆਂ ਇਹ ਭਗਵੰਤ ਮਾਨ ਦਾ ਬਚਪਨ ਦਾ ਘਰ ਹੈ ਜਿੱਥੇ ਹੁਣ ਵੀ ਭਗਵੰਤ ਮਾਨ ਦੇ ਮਾਤਾ ਜੀ ਰਹਿੰਦੇ ਆ ਇਹਨਾਂ ਨੇ ਪਹਿਲੀ ਵਾਰ ਗਿਆ ਸੀ ਨੂਰੀ ਸਰਦੂਲ ਪੱਗ ਬੰਨੀ ਹੋਈ ਸੀ ਸ਼ੋਅ ਕਰਨ ਪਹਿਲੀ ਵਾਰ ਇਹਨਾਂ ਇਹਨੂੰ ਦੋ ਬੱਦਨ ਗਿਆ ਸੀ ਹਾਂ ਜਿਹੜੀ ਪਹਿਲ ਕਦਮੀ ਇਹ ਸੀ ਉਹਨਾਂ ਦਾ ਪਹਿਲਾ ਕਦਮ ਹਾਂ ਇਹਨਾਂ ਨੇ ਬਾਹਰ ਗਿਆ ਸੀ ਪੱਗ ਬੰਨੀ ਹੋਈ ਸੀ ਉਦੋਂ ਉਦੋਂ ਮਗਰੋਂ ਬਾਹਰ ਕਟਾਈ ਸੀ ਅੱਛਾ ਸਦੂ ਸੰਗ ਅੱਛਾ ਨੂਰੀ ਹਾਂ ਮਰ ਨੂਰੀ ਸੁਮਾਤਾ ਜੀ ਜਦੋਂ ਪਹਿਲੀ ਵਾਰ ਭਗਵੰਤ ਮਾਨ ਜਿੱਤਦਾ ਹੈ ਉਦੋਂ ਕਿਵੇਂ ਦਾ ਅਹਿਸਾਸ ਸੀ ਕਿਉਂਕਿ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਛੋਟੇ ਜਿਹੇ ਪਿੰਡ ਚੋਂ ਉੱਠ ਕੇ ਪੂਰੀ ਦੇਸ਼ ਦੁਨੀਆ ਦੇ ਅੰਦਰ ਨਾਮ ਬਣਾ ਦੇਣਾ ਉਹ ਲੋਕਾਂ ਨੇ ਪਹਿਲਾਂ ਹੀ ਬਹੁਤ ਨਾਮ ਬਣਾਏ ਹੋਏ ਸੀ ਉਹ ਪਰ ਗਾਇਕੀ ਵਿੱਚ ਸੀ ਕਲਾਕਾਰੀ ਵਿੱਚ ਉਹ ਜਾਣਦੇ ਸੀ ਉਹਨਾਂ ਦੇ ਦਿਲਾਂ ਚ ਬਸਿਆ ਹੋਇਆ ਸੀ ਉਹ ਕੱਟ ਨਹੀਂ ਸਕਦੇ ਸੀ ਉਹ ਵੋਟ ਉਸ ਨੂੰ ਪਾਉਣਗੇ ਜਿਹਨੂੰ ਜਾਣਦੇ ਨੇ ਕਿ ਉਹਨੇ ਉਹਨੂੰ ਪਤਾ ਸੀ ਵੀ ਅੱਗੇ ਨੇ ਕੋਈ ਸਾਨੂੰ ਠੱਗੀ ਠੋਰੀ ਕਰੀ ਨਹੀਂ ਜਿਹੜੀ ਗੱਲ ਕਹੀ ਆ ਸਹੀ ਕਹੀ ਆ ਆ ਕਹਿੰਦਾ ਸਾਰੇ ਸਹੀ ਕਹੀ ਹੈ ਜਿੰਨੇ ਵੀ ਕਈਆਂ ਨੇ ਤੁਸੀਂ ਪਈਆਂ ਹੋਣੀਆਂ ਸਾਡੇ ਕੋਲ ਪੁਰਾਣੀਆਂ ਸਾਰੀਆਂ ਸਹੀ ਨੇ ਤੇ ਇਹ ਵਿਰੋਧੀ ਤਾਂ ਬਾਹਲੇ ਨਿਸ਼ਾਨੇ ਲਾਉਂਦੇ ਆ ਭਗਵੰਤ ਮਾਨ ਤੇ ਸਨ ਸੁਣ ਕੇ ਕਹਿੰਦੇ ਭਗਵੰਤ ਮਾਨ ਸ਼ਰਾਬੀ ਆ ਹਾਂ ਭਗਵੰਤ ਹੋਰ ਨਹੀਂ ਪਿੰਦੇ ਉਹ ਨਹੀਂ ਪਿੰਦੇ ਉਹ ਗਾਤਰਾ ਲਾ ਕੇ ਪੀਂਦੇ ਨੇ ਭਗਵੰਤ ਮਾਨੂ ਮੂੰਹ ਪੀ ਲੈਂਦਾ ਹੋਊਗਾ ਉਹਨੇ ਗਾਤਰਾ ਨਹੀਂ ਵਾਇਆ ਹੋਇਆ ਉਹ ਗਾਤਰਾ ਲਾ ਕੇ ਟੰਗ ਕੇ ਤੜਕੀ ਨਾ ਕੇ ਗਾਤਰਾ ਪਾ ਲੈਂਦੇ ਨੇ ਅੱਛਾ ਸਨਾਈ ਕਰਦੇ ਕੋ ਨਾਲੇ ਉਹਨਾਂ ਨਾਲ ਹੀ ਪ੍ਰੋਗਰਾਮ ਲਾਏ ਹੋਏ ਨੇ ਜਿਹੜੇ ਗਾਤਰਾ ਲਾ ਕੇ ਦੇਖੀ ਭਾਈ ਪਿੱਛੇ ਆਂਡੇ ਨਾਲ ਫੁੱਟ ਜਾਣਾ ਹੰਪ ਤੋ ਹੌਲੀ ਚਲਾ ਗੱਡੀ ਐਂ ਕਹਿੰਦੇ ਹੁੰਦੇ ਅਸੀਂ ਪ੍ਰੋਗਰਾਮ ਲਾਏ ਹੋਏ ਨੇ ਉਹਨਾਂ ਨਾਲ ਸੋ ਭਗਵੰਤ ਮਾਨ ਦੇ ਮਾਤਾ ਜੀ ਨੇ ਜਿਹੜੇ ਨਿੱਜੀ ਜ਼ਿੰਦਗੀ ਬਾਰੇ ਭਗਵੰਤ ਮਾਨ ਦੇ ਬਚਪਨ ਦੀਆਂ ਯਾਦਾਂ ਬਾਰੇ ਦੱਸ ਰਿਹਾ ਸੋ ਆ ਭਗਵੰਤ ਮਾਨ ਬਾਈ ਹੋਰਾਂ ਦਾ ਕਮਰਾ ਦਿਖਾ ਦਿੰਨੇ ਤੇ ਇਹ ਮਾਤਾ ਜੀ ਹੋਰਾਂ ਦਾ ਕਮਰਾ ਭਗਵੰਤ ਮਾਨ ਦੇ ਯਾਰ ਬਹੁਤ ਸਾਦਾ ਜਿਹਾ ਪਰਿਵਾਰ ਹੈ ਇਹ ਭਗਵੰਤ ਮਾਨ ਦੇ ਪਿਤਾ ਜੀ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੋ ਇਹ ਮਾਸਟਰੀ ਪੇਸ਼ੇ ਤੁਸੀਂ ਹਨਾ ਜੀ ਹਾਂ ਸੈਂਸ ਮਾਸਟਰ ਲੱਗਿਆ ਸੀ ਸੈਂਸ ਮਾਸਟਰ ਲੱਗਿਆ ਸੀ ਤੇ ਆ ਆ ਛੋਟੇ ਹੁੰਦੇ ਭਗਵੰਤ ਮਾਨ ਹੋਰਾਂ ਦੀ ਤਸਵੀਰਾਂ ਮਤੇ ਜੀ ਭਾਈਆ ਛੋਟਾ ਅੱਛਾ ਉਹ ਤਾਂ ਸਾਡੀ ਉਮਰ ਚ ਮੁੱਕ ਗਿਆ ਸੀ 10 ਸਾਲ ਦੀ ਇਹ 7 ਸਾਲ ਦੀ ਉਮਰ ਚ ਮੁੱਕ ਗਿਆ ਸੀ ਕੈਂਸਰ ਹੋ ਗਿਆ ਸੀ ਇਹ ਬੱਚੇ ਦਾ ਅੱਛਾ ਇਹ ਭਗਵੰਤ ਮਾਨ ਇਹ ਭਗਵੰਤ ਮਾਨ ਦਾ ਛੋਟਾ ਭਰਾ ਹੈ ਜਾਨੇ ਮੇਵਾ ਮਾਨ ਇਹ ਭਗਵੰਤ ਮਾਨ ਦਾ ਛੋਟਾ ਭਰਾ ਹੈ ਜਿਹਨਾਂ ਦੀ 7 ਸਾਲ ਦੇ ਅੰਦਰ ਮੌਤ ਹੋ ਜਾਂਦੀ ਹੈ ਕੈਂਸਰ ਦੇ ਨਾਲ ਸੋ ਇਹ 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 ਕਿਹਨਾਂ ਦੀ ਫੋਟੋ ਹੈ ਮਾਤਾ ਜੀ ਇਹ ਭਗਵੰਤ ਮਾਨ ਦੀ ਹੈ ਇਹ ਨਾਲ ਇਹ ਨਾਲ ਤੁਸੀਂ ਬੈਠੇ ਹੋ ਇਹ ਉਹਨਾਂ ਦੇ ਫਾਦਰ ਸਾਹਿਬ ਤੇ ਇਹ ਭਗਵੰਤ ਮਾਨ ਹੈ ਸੋ ਦੇਖ ਸਕਦੇ ਹੋ ਇਹ ਭਗਵੰਤ ਮਾਨ ਦੇ ਘਰ ਦੀਆਂ ਤਸਵੀਰਾਂ ਨੇ ਉਹ ਭਗਵੰਤ ਮਾਨ ਹੋਰਾਂ ਦੀਆਂ ਤਸਵੀਰਾਂ ਨੇ ਬਚਪਨ ਦੀਆਂ ਤੇ ਉਹ ਉੱਪਰ ਦੇਖ ਸਕਦੇ ਹੋ ਭਗਵੰਤ ਮਾਨ ਦੀ ਉਹ ਧਰਮ ਪਤਨੀ ਨੇ ਜੀ ਧਰਮ ਪਤਨੀ ਤੇ ਉਹ ਭਗਵੰਤ ਮਾਨ ਹੋਰਾਂ ਦੇ ਧਰਮ ਪਤਨੀ ਨੇ ਬਹੁਤ ਸਾਦਾ ਜਿਹਾ ਘਰ ਹੈ ਪਿੰਡ ਸਤੌਰ ਜਿਲ੍ਹਾ ਸੰਗਰੂਰ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਮਾਤਾ ਜੀ ਹੋਰਾਂ ਦਾ ਸੁਭਾਅ ਬਹੁਤ ਵਧੀਆ ਜਦੋਂ ਅਸੀਂ ਬਾਹਰ ਦੇ ਗੱਲਬਾਤ ਕਰ ਰਹੇ ਸੀ ਤਾਂ ਮਾਤਾ ਜੀ ਹੁਰੀ ਘਰ ਦੇ ਅੰਦਰ ਲੈ ਆਏ ਸੋ ਅਸੀਂ ਥੋੜੀ ਜਿਹੀ ਗੱਲਬਾਤ ਕਰ ਲਈ ਮਾਤਾ ਜੀ ਹੋਰਾਂ ਨਾਲ ਸੋ ਦੇਖ ਸਕਦੇ ਹੋ ਇੱਕ ਵੱਡਾ ਮੰਤਰੀ ਹੋ ਕੇ ਇਹ ਛੋਟੇ ਜਿਹੇ ਘਰ 'ਚ ਰਹਿੰਦੇ ਆ ਕਈ ਲੋਕ ਇਹ ਵੀ ਕਹਿਣਗੇ ਕਿ ਇਹ ਪਬਲਿਸਿਟੀ ਸਟੰਟ ਹੋ ਸਕਦਾ ਹੈ ਭਗਵੰਤ ਮਾਨ ਦਾ ਮਸ਼ਹੂਰੀ ਕਰਨ ਦੇ ਲਈ ਮਸ਼ਹੂਰੀ ਵਾਸਤੇ ਇਹ ਘਰ ਰੱਖਿਆ ਹੋ ਸਕਦਾ ਹੈ ਜਿੱਥੇ ਕਈ ਲੀਡਰ ਏਸਿਆਂ 'ਚੋਂ ਬਾ ਉਹ ਇੱਕ ਇੱਕ ਇਹ ਵੀ ਤਸਵੀਰ ਹੈ ਜਿੱਥੇ ਭਗਵੰਤ ਮਾਨ ਦੀ ਮਾਤਾ ਜੀ ਹੋਰਾਂ ਕੋਲੇ ਨਾ ਤਾਂ ਕੋਈ ਸਿਕਿਉਰਿਟੀ ਗਾਰਡ ਨਜ਼ਰ ਆਇਆ ਸਾਨੂੰ ਤੇ ਨਾ ਕੋਈ ਇਹਨਾਂ ਦਾ ਨੌਕਰ ਇੱਥੇ ਨਜ਼ਰ ਆਇਆ ਇਹ ਆਪ ਹੀ ਖਾਂਦੇ ਆਪ ਹੀ ਆਪ ਹੀ ਪਕਾਉਂਦੇ ਆ ਆਪ ਹੀ ਹੁਲਕੇ ਬਣਾਉਣੇ ਨੇ ਆਪ ਹੀ ਸਬਜ਼ੀ ਬਣਾਉਣੀ ਹੈ ਇੱਕ ਟਾਈਮ ਬਣਾ ਲੈਣੀ ਆ ਦੋ ਟਾਈਮ ਖਾ ਲੈਣੀ ਆ ਹਾਂ ਅਸੀਂ ਫਿਰ ਨੌਕਰ ਨੂੰ ਰੱਖਣ ਬਾਰੇ ਉਹ ਕੁੱਕ ਬਾਰੇ ਰੱਖਣ ਬਾਰੇ ਸੋਚੇ ਇਹ ਕੁੱਕੜਾ ਬਾਰੇ ਮੈਂ ਨਹੀਂ ਸੋਚ ਸਕਦੀ ਮੈਂ ਕੱਲੀ ਜਾਣੀ ਆ ਮੈਂ ਕੁੱਕ ਕੀ ਕਰੂੰਗੀ ਐਡਾ ਸੋਚ ਚ ਬਦਲਾ ਕਿਉਂ ਐਡਾ ਲੋਕਾਂ ਮੰਤਰੀਆਂ ਨਾਲੋਂ ਐਡਾ ਬਦਲ ਕਿਵੇਂ ਸੋਚ ਚ ਮਹਾਰਾਜ ਨੇ ਕਿਹਾ ਹੈ ਉਹ ਬਾਬੇ ਨਾਨਕ ਨੇ ਆਇਆ ਹੈ ਬਲ ਬਿਲੋੜੀ ਨੇ ਆਪਾਂ ਨੂੰ ਕੋਈ ਚੋਰੀ ਨਹੀਂ ਕਰਨੀ ਕੋਈ ਠੱਗੀ ਨਹੀਂ ਕਰਨੀ ਆਪਾਂ ਨੂੰ ਕਿਉਂ ਸਕਿਉਰਿਟੀ ਗਾਰਡਾਂ ਦਾ ਐਮੀ ਖਰਚਾ ਪਤਾ ਜੀ ਉੱਥੇ ਨੇ ਦੋ ਨਹੀਂ ਕੋਠੀ ਚ ਬਾਕੀ ਆਪਦੇ ਨਾਲ ਇਹ ਭਗਵੰਤ ਮਾਨ ਹੋਰਾਂ ਦਾ ਛੋਟਾ ਜਿਹਾ ਘਰ ਹੈ ਦੇ ਲੱਕੜ ਦੇ ਤਖਤੇ ਲੱਗੇ ਹੋਏ ਐ ਦੇਖ ਸਕਦੇ ਹੋਂ ਤੇ ਇਹ ਚੁੱਲਾ ਪਿਆ ਮਾਤਾ ਜੀ ਹੋਰ ਮਾਤਾ ਫਿਰ ਰੋਟੀ ਕਿੱਥੇ ਪਕਾਉਨੇ ਇੱਥੇ ਪਕਾਉਨੇ ਨਾ ਹੁਣ ਤਾਂ ਚਿਗਾਇਸ ਤੇ ਪਕਾਉਨੇ ਆ ਜਦੋਂ ਕੋਈ ਫੰਕਸ਼ਨ ਹੁੰਦਾ ਸਾਗ ਕਰਦੇ ਆ ਮੱਕੀ ਦੇ ਰੋਟੀਆਂ ਫਿਰ ਅਸੀਂ ਕਈ ਘਰ ਇਕੱਠੇ ਹੋ ਕੇ ਸਾਗ ਬਣਾ ਲੈਂਦੇ ਆ ਨਾਲੇ ਉਰੀ ਮੱਕੀ ਦੇ ਰੋਟੀਆਂ ਪਕਾ ਲੈਂਦੇ ਅੱਛਾ ਵੀ ਆ ਜਾ ਭਾਈ ਨਵੇਂ ਮੱਕੀ ਦੇ ਰੋਟੀਆਂ ਉਰੀ ਪਕਾ ਲਓ ਆਂਟੀ ਗਵਾਂਢੀ ਆ ਜਾਂਦੇ ਹੁੰਦੇ ਆਂਟੀ ਗਵਾਂਢੀ ਬਹੁਤ ਮੇਰੇ ਸਾਦੰਦ ਨੇ ਨੂਹਾਂ ਨੇ ਦਰਾਣੀਆਂ ਜਠਾਣੀਆਂ ਨੇ ਸ੍ਰੀਕਾ ਸਾਰਾ ਆ ਹੁਣ ਸਾਗ ਦੀ ਮੌਸਮ ਆ ਜੂਗੀ ਬਸ ਉਹ ਉਰੀ ਸਾਗ ਬਣਾਉਣਗੇ ਫਿਰ ਜਦੋਂ ਅੱਗ ਹੋ ਜਾਂਦੀ ਆ ਆਟਾ ਚੱਕਲੇ ਹੁੰਦੇ ਨੇ ਮੱਕੀ ਦੇ ਰੋਟੀਆਂ ਬਕਾ ਖਾ ਲੈਂਦੇ ਆ ਛੋਟਾ ਜਿਹਾ ਚੁੱਲ੍ਹਾ ਹੈ ਮਾਤਾ ਹੋਰਾਂ ਦਾ ਬਣਾਇਆ ਹੋਇਆ ਤੇ ਮਾਤਾ ਜੀ ਆਹ ਕੀ ਚੀਜ਼ ਆ ਗਈ ਆਪਣੀ ਇੱਧਰ ਲੱਕੜ ਦਾ ਦਰਵਾਜ਼ਾ ਜਿੱਥੇ ਲੱਗਿਆ ਨੀਰੀ ਆਈ ਸੁਹਾਤਾ ਅੱਛਾ ਤੇ ਨੀਰੀ ਵਾਲੀ ਡੰਗਰ ਪਸ਼ੂ ਵੀ ਰੱਖਦੇ ਸੀ ਆਪਾਂ ਪਹਿਲਾਂ ਡੰਗਰ ਪਸ਼ੂ ਵੀ ਰੱਖਦੇ ਸੀ ਤੁਹਾਨੂੰ ਮੈਂ ਦੱਸ ਦਿਆਂ ਮੈਂ ਦੇਖਦੀ ਹਾਂ ਖੜ ਜਾ ਮੜਾ ਜਾ ਦੇਖ ਲੈਂਦੇ ਮੇਰੀ ਇੱਥੇ ਮੇਰੀ ਬਿੱਲੀ ਸੂਈ ਹੋਈ ਆ ਤੰਨ ਬਲੂਂਗੜੇ ਨੇ ਤੰਨ ਬਲੂਂਗੜੇ ਨੇ ਮਾਤਾ ਜੀ ਆਪਾਂ ਡੰਕਰ ਪਸ਼ੂ ਵੀ ਰੱਖਦੇ ਹਾਂ ਪਹਿਲਾਂ ਰੱਖਦੇ ਸੀ ਆ ਫਿਰ ਹੁਣ ਵੀ ਨੀਰਾ ਪਿਆ ਇੱਥੇ ਨਹੀਂ ਹੁਣ ਨੀਰਾ ਕਿਛਦਾ ਪਾਇਆ ਵੇ ਅੱਛਾ ਵੀ ਚੱਲ ਬਿੱਲੀ ਪਈ ਐਸ ਬਾਤ ਇਹ ਆ ਬਾਦੋ ਆ ਬੈਠੇ ਨੇ ਬਲੂਂਗੜੇ ਅੱਛਾ ਤੰਨ ਮੈਂ ਤੁਹਾਨੂੰ ਦਿਖਾਵੀਆਂ ਤੰਨ ਬਲੂਂਗੜੇ ਵੀ ਬੈਠੇ ਨੇ ਅੱਛਾ ਇਹਨਾਂ ਗੋਪਾ ਪਾਉਣਾ ਹੈ ਆ ਛੋਟੇ ਇਹ ਕਿਵੇਂ ਇਹ ਤੁਸੀਂ ਤੁਸੀਂ ਭਾਲੇ ਹੋਏ ਹੈ ਬਸ ਮੋਰੇ ਬਿੱਲੀ ਨੇ ਜਰਮ ਦੇਤਾ ਅੱਛਾ ਮੈਂ ਦੁੱਧ ਪਾ ਦਨੀ ਆ ਕੁੱਟਕ ਦੁੱਧ ਕੁੱਟਕ ਦੁੱਧ ਨਹੀਂ ਪਾਲ ਜਾਣਗੇ ਬਹੁਤ ਸੁਧਾਰਨ ਜੀ ਜ਼ਿੰਦਗੀ ਜਿਉਂਦੇ ਆ ਬਾਕੀ ਲੀਡਰਾਂ ਦੇ ਨਾਲੋਂ ਵੱਖਰੀ ਜੀ ਜ਼ਿੰਦਗੀ ਜਿਉਂਦੇ ਆ ਇਹ ਭਗਵੰਤਮਾਨ ਹੋਰਾਂ ਦੀ ਮਾਤਾ ਜੀ ਨੇ ਤੇ ਮਾਤਾ ਜੀ ਭਗਵੰਤਮਾਨ ਇਹ ਨਹੀਂ ਕਹਿੰਦੇ ਕਿ ਤੁਸੀਂ ਮੇਰੇ ਨਾਲ ਚੰਡੀਗੜ੍ਹ ਰਹੋ ਉੱਥੇ ਜਾ ਕੇ ਨਾ ਮੈਨੂੰ ਹਟਾਉਂਦੇ ਨਹੀਂ ਕੋਈ ਕਿਸੇ ਮਰਜ਼ੀ ਜਾਵਾਂ ਮੈਂ ਜੇ ਮੈਂ ਹੁਣ ਨਹੀਂ ਤੁਹਾਨੂੰ ਫਿਰ ਉਹ ਜ਼ਿੰਦਗੀ ਚੰਗੀ ਨਹੀਂ ਲੱਗਦੀ ਹੈਗੀ ਉਹ ਲੱਗਦੀ ਪਿੰਡ ਨਾਲ ਇੰਨਾ ਕਿਵੇਂ ਜੁੜੇ ਪਿੰਡ ਨਾਲ ਜਿਆਦਾ ਪਿਆਰ ਆ ਪਿੰਡ ਨਹੀਂ ਪਿੰਡ ਨਹੀਂ ਨਾ ਫਿਰ ਉਹ ਪਿੰਡ ਨਹੀਂ ਛੱਡ ਸਕਦੇ ਤੁਸੀਂ ਹਾਂ ਪਿੰਡ ਨਹੀਂ ਛੱਡ ਸਕਦੇ ਹੁਣ ਮੈਨੂੰ ਕਹਿੰਦੇ ਨੇ ਵੀ ਜੇ ਕੋਈ ਮਹਾਰਾਜ ਕਰੇ ਵੀ ਐ ਬਣ ਕੇ ਮੈਂ ਕਹੂੰ ਥੋੜਾ ਸਾਥ ਨਹੀਂ ਛੱਡੂੰਗੀ ਉੱਥੇ ਵੀ ਜਾਊ ਫਿਰ ਤਾਂ ਨਹੀਂ ਬਦਲ ਆਊਗਾ ਜੇ ਭਗਵੰਤ ਮਾਨ ਮੁੱਖ ਮੰਤਰੀ ਬਣ ਜਾਣਾ ਨਾ ਨਾ ਜਮੇ ਨਹੀਂ ਬਦਲ ਆਊਗਾ ਇਹੀ ਰਹੂੰਗਾ ਪਰਪਾ ਫਿਰ ਵੀ ਇਹੀ ਘਰ ਚ ਫਿਰ ਵੀ ਇਹੀ ਪਿੰਡ ਚ ਇਹੀ ਪਿੰਡ ਚ ਇਹੀ ਘਰ ਚ ਜੰਮੇ ਆ ਜਿੱਥੇ ਮੇਰੀ ਡੋਲੀ ਆਈਆ ਉਰੋਂ ਹੀ ਮੇਰੀ ਅਰਥੀ ਜਾਊਗੀ ਫਿਰ ਮਹਿਲਾਂ ਵਿੱਚੋਂ ਨਹੀਂ ਆਰਤੀ ਜਾਊ ਨਾ ਮਹਿਲਾਂ ਵਿੱਚੋਂ ਹੀ ਆਊਗੀ ਆਰਤੀ ਉਰੋਂ ਹੀ ਜਾਊਗੀ ਮੇਰਾ ਪਿੰਡੀ ਆ ਅੱਛਾ ਸੋ ਇਹ ਦੇਖ ਸਕਦੇ ਹਾਂ ਬਾਕੀ ਘਰ ਦੇ ਨਾਲੋਂ ਬਹੁਤ ਨੀਵੀਂ ਜੀ ਇਹ ਮਾਤਾ ਜੀ ਇਹ ਕੀ ਹੈ ਰਸੋਈ ਹੈ ਇਹ ਰਸੋਈ ਹੈ ਅੱਛਾ ਰਸੋਈ ਦੇਖ ਲਓ ਖੋਲ ਕੇ ਜਿੱਦੀ ਗਈ ਸੋ ਇਹ ਰਸੋਈ ਹੈ ਉਧਰ ਭਗਵਾਨਤਮਾਨ ਹੋਰਾਂ ਦੇ ਘਰ ਦਾ ਵਾਸ਼ਰੂਮ ਆ ਜਾਂਦਾ ਹੈ ਤੇ ਦੇਖ ਸਕਦੇ ਹੋ ਕਿ ਬਹੁਤਾ ਕੋਈ ਵੱਡਾ ਕੰਮ ਨਹੀਂ ਹੈਗਾ ਕੋਈ ਵੱਡੀ ਕੋਠੀ ਨਹੀਂ ਕੋਈ ਵੱਡਾ ਮਹਿਲ ਨਹੀਂ ਇਹ ਛੋਟਾ ਜਿਹਾ ਘਰ ਹੈ ਨਾ ਉੱਥੇ ਕੋਈ ਚਬਰ ਹੈ ਇਹ ਸਧਾਰਨੀ ਜੀ ਜ਼ਿੰਦਗੀ ਭਗਵੰਤਮਾਨ ਦੇ ਮਾਤਾ ਜੀ ਹੋਰੀ ਜਿਉਂਦੇ ਆ ਭਗਵੰਤਮਾਨ ਦੇ ਮਾਤਾ ਜੀ ਹੋਰੀ ਸਾਡੇ ਨਾਲ ਨੇ ਬਹੁਤ ਛੋਟਾ ਜਿਹਾ ਘਰ ਹੈ ਤੇ ਬਹੁਤ ਸਾਦੀ ਜੀ ਜ਼ਿੰਦਗੀ ਜਿਉਂਦੇ ਨੇ ਤੇ ਹਾਂਜੀ ਇਹ ਬਾਬਿਆਂ ਸਾਥ ਆ ਮੇਰੇ ਸਿਰ ਤੇ ਹੱਥ ਆਈ ਨਾ ਹਾਂ ਨਵ ਜ਼ਰਗਨ ਨਾਲ ਵੀ ਗੱਲਬਾਤ ਕਰਕੇ ਆ ਹਾਂ 90 ਸਾਲ ਦੀ ਉਮਰ ਆ ਜੀ 90 ਸਾਲ ਦੀ ਉਮਰ ਆ ਸਾਡੇ ਘਰਾਂ ਚੋਂ ਅੱਛਾ ਫਿਰ ਜਦੋਂ ਭਗਵੰਤਮਾਨ ਆਉਂਦੇ ਇੱਥੇ ਰਹਿੰਦੇ ਵੀ ਐ ਨਾ ਰਹਿੰਦੇ ਨਹੀਂ ਤੁਰੇ ਜਾਂਦੇ ਲੰਘ ਜਾਂਦੇ ਨੇ ਤਾਂ ਹੀ ਤਾਂ ਫਿਰ ਲੋਕ ਕਹਿੰਦੇ ਆਉਂਦਾ ਨਹੀਂ ਹੁਣ ਜਦੋਂ ਕੋਈ ਆ ਗਿਆ ਕੋਈ ਦੋਖਾ ਕਿਸੇ ਸੁਖਾ ਉਹ ਆ ਕੇ ਜਿਹਦੇ ਘਰੇ ਜਾਣਾ ਉਸ ਉਸੇ ਤੇ ਜਾਣਾ ਫਿਰ ਗਾਹਾਂ ਵੀ ਭਲਾਡੇ ਵੀ ਜਾਣਾ ਮਾਰਸਾ ਵੀ ਜਾਣਾ ਅੱਛਾ ਦੇਸ਼ ਦੁਨੀਆ 'ਚ ਜਦੋਂ ਭਗਵੰਤ ਮਾਨ ਦਾ ਨਾਮ ਸੁਣਦੇ ਹਾਂ ਚਰਚਾ ਸੁਣਦੇ ਹਾਂ ਵੀਡੀਓ ਦੇਖਦੇ ਹਾਂ ਕਿਵੇਂ ਲੱਗਦਾ ਫਿਰ ਨਹੀਂ ਹੁਣ ਹਰਖ ਨਹੀਂ ਆਉਂਦਾ ਪਹਿਲਾਂ ਆਉਂਦਾ ਸੀ ਹੁਣ ਕਹੀ ਜਦੋਂ ਜਦੋਂ ਉਹ ਭਗਵੰਤ ਮਾਨ ਨੂੰ ਤੁਰਿਆ ਫਿਰਦਾ ਦੁਰਦਾ ਫਿਰਦਾ ਦੇਖਦੇ ਹਾਂ ਵੱਡੇ ਵੱਡੇ ਲੋਕਾਂ 'ਚ ਬੈਠਿਆ ਦੇਖ ਸਕ ਦੇਖਦੇ ਹਾਂ ਦੇਖ ਸਕਦੇ ਹਾਂ ਵਧੀਆ ਲੱਗਦਾ ਜਦੋਂ ਮੋਦੀ ਨਾਲ ਲੜਦਾ ਉਦੋਂ ਵੀ ਵਧੀਆ ਲੱਗਦਾ ਤੁਸੀਂ ਕਹਿੰਦੇ ਮਾਤਾ ਜੀ ਮੋਦੀ ਨਾਲ ਮੋਦੀ ਨਾਲ ਬਹੁਤ ਟੱਕਰ ਲੱਗਦੀ ਹੈ ਉਹਨਾਂ ਦੀ ਬੀਜੇਪੀ ਵਾਲੇ ਨਾਲ ਬਹੁਤ ਟੱਕਰ ਲੱਗਦੀ ਹੈ ਇਹ ਬਾਬਿਆਂ ਦੇ ਹੱਕ ਵਾਸਤੇ ਗਿਆ ਮੋਦੀ ਵਾਸਤੇ ਮਸਾਂ ਜੇ 2 ਮਿੰਟ ਦਾ ਵੀ ਟਾਈਮ ਮਿਲ ਜਾਂਦਾ ਨਾ 2 ਮਿੰਟ ਦਾ ਵੀ ਬਹੁਤ ਆ ਦੋ ਮਿੰਟ ਦੀ ਸਾਰੀ ਗੱਲ ਨਿਕਾਏ ਇਹ ਰੋਦਦੇ ਨੇ ਇਹ ਮੋਦੀ ਦੇ ਚਮਚੇ ਨੇ ਅੱਛਾ ਜਿਹੜੇ ਸੈਨ ਕਰਕੇ ਆਏ ਨੇ ਵੀ ਇਹ ਕਾਲੇ ਕਾਨੂੰਨ ਚੰਗੇ ਨੇ ਹੁਣ ਉਹ ਕਹਿੰਦੇ ਹੁਣ ਹੁਣ ਕਹਿੰਦੇ ਮਾਰੇ ਨਹੀਂ ਹਾਂ ਕਿਉਂ ਤੋਂ ਕਿਉਂ ਕਰੇ ਸੀ ਸੈਨ ਇਨੂੰ ਤਾਂ ਪਤਾ ਨਹੀਂ ਸੀ ਇਹਨੇ ਤਾਂ ਰੌਲਾ ਪਾਇਆ ਕਿ ਵੀ ਲੋਕੋ ਹੁਣ ਆਪਾਂ ਪੱਟੇ ਜਾਵਾਂਗੇ ਲੋਕਾਂ ਨੂੰ ਜਿਗਾਇਆ ਵੀ ਹੁਣ ਤਾਂ ਆਪਾਂ ਵਿਕ ਗਏ ਆਪਣੇ ਜ਼ਮੀਨਾਂ ਵੇਖੋਗੇ ਆਪਾਂ ਵੀ ਵਿਕ ਗਏ ਤਵਾਨੀਆਂ ਮੜਨੀਆਂ ਮਾਤਾ ਜੀ ਮੈਂ ਗੱਲ ਕਰਾਂ ਭਗਵੰਤ ਮਾਨ ਇੱਕ ਬਹੁਤ ਵਧੀਆ ਬੁਲਾ ਰਾ ਚੰਗਾ ਬੁਲਾ ਰਾ ਇਹ ਬਚਪਨ ਚੋਂ ਹੀ ਉਹਨਾਂ ਨੂੰ ਸ਼ੌਂਕ ਸੀ ਜਾਂ ਫਿਰ ਜਦੋਂ ਇਹ ਕਮੇਡੀ ਵਾਲਾ ਆਏ ਉਦੋਂ ਇਹ ਸ਼ੌਂਕ ਬਣਿਆ ਬਚਪਨ ਤੋਂ ਬਚਪਨ ਤੋਂ ਐਡੇ ਬੱਚਿਆਂ ਨੂੰ ਐਡੇ ਬੱਚਾ ਨਾਲ ਖੇਡਦਾ ਸੀ 10 ਬੱਚੇ ਖੇਡਦੇ ਹੁੰਦੇ ਸੀ ਇੱਕੋ ਹੀ ਜਿੱਤਦਾ ਸੀ ਇਹ ਸਾਰੇ ਐ ਕਹਿੰਦੇ ਵੀ ਅਸੀਂ ਕਿਉਂ ਨਹੀਂ ਜਿੱਤ ਸਕਦੇ ਕਿ ਤੇ ਖੇਡਣ ਚ ਅਗੇ ਆ ਲੀਰਾਂ ਦੀਆਂ ਬਾਰਲਾਂ ਜਿਹਾ ਬਣਾ ਲੈਂਦੇ ਉਹਨਾਂ ਦੇ ਪਿਤਾ ਜੀ ਚ ਵੀ ਇਹੋ ਜਿਹਾ ਗੁਣ ਸੀ ਬੋਲਣ ਵਾਲਾ ਜਾਂ ਭਗਵੰਤ ਮਾਨਕ ਪਿਤਾ ਜੀ ਚ ਹੈਗਾ ਸੀ ਪਰ ਉਹ ਇੰਨਾ ਨਹੀਂ ਸੀ ਵੀ ਸਾਡੇ ਕਾਜ ਤਾਂ ਉਹ ਇਸ ਸਵਾਤ ਚ ਨਾ ਪਿੱਛੇ ਤੁਹਾਨੂੰ ਸੌ ਮਣ ਤੂੜੀ ਪੈਂਦੀ ਆ ਅੱਛਾ ਪਿੱਛੇ ਬਹੁਤ ਵੱਡੀ ਸਵਾਤ ਆ ਉੱਥੇ ਵੜ ਜਾਂਦਾ ਪੰਜ ਸੱਤ ਇਹੋ ਜਿਹੇ ਮੁੰਡਿਆਂ ਲੈ ਲੈਂਦਾ ਬਸ ਉਹ ਬਾਜਾ ਢੋਲ ਕੀ ਬਾਜਾ ਢੋਲ ਕੀ ਅੱਛਾ ਪੱਲੀ ਉਛਾ ਰਹਿੰਦੇ ਮਾਤਾ ਜੀ ਪਹਿਲਾਂ ਆਪਣਾ ਘਰ ਇਹੀ ਸੀ ਜਾਂ ਬਾਅਦ ਚ ਬਦਲਿਆ ਇਹ ਨੂੰ 40 50 ਸਾਲ ਹੋ ਗਏ ਜਦੋਂ ਦੇ ਅਸੀਂ ਆਏ ਆ ਸਾਡਾ 72 ਚ ਵਿਆਹ ਸੀ 73 ਚ ਭਵੰਤ ਹੋਇਆ 17 ਅਕਤੂਬਰ ਨੂੰ ਡੇਢ ਸਾਲ ਮੰਗਰੋ ਇਹ ਉਹਦੇ ਭਵੰਤ ਮਨਹਰੀ ਮਾਤਾ ਜੀ ਕਿੰਨੇ ਭੈਣ ਭਰਾ ਨੇ ਇੱਕ ਭੈਣ ਆ ਹੁਣ ਇੱਕ ਪਾਈ ਆ ਇੱਕ ਭਰਾ ਦੋ ਭੈਣ ਭਰਾ ਨੇ ਹੁਣ ਉਹ ਹੀ ਤੀਜਾ ਮੁਕਕਸ ਦੋ ਬੱਚੇ ਮੁੰਡੇ ਸੀ ਕੁੜੀ ਸੀ ਕੁੜੀ ਬਟਾ ਲਈ ਰਹਿੰਦੀ ਹੈ ਅੱਛਾ ਟੀਚਰ ਲੱਗੀ ਹੋਈ ਆ ਬੁੱਢਾ ਦਲਪਵਰ ਕੋਲ ਪ੍ਰਾਈਵੇਟ ਫਿਰ ਮੰਤਰੀ ਤਾਂ ਆਪਦੀਆਂ ਭੈਣਾਂ ਨੂੰ ਆਪਦੇ ਭਣੋਈਆਂ ਨੂੰ ਬਹੁਤ ਸਾਰੀਆਂ ਨੌਕਰੀਆਂ ਦੇ ਦਿੰਦੇ ਫਿਰ ਪ੍ਰਾਈਵੇਟ ਨੌਕਰੀ ਲੱਗਣ ਦੀ ਗੋਪਤ ਕਿਵੇਂ ਆ ਗਈ ਕੀ ਕਰ ਸਕਦੇ ਜੇ ਤੁਹਾਨੂੰ ਮਿਲੀ ਨਹੀਂ ਸਰਕਾਰੀ ਅੱਛਾ ਫਿਰ ਦਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਭਗਵੰਤੋਆਂ ਨੇ ਮੰਤਰੀਆਂ ਦੇ ਹੱਥ 'ਚ ਦਾ ਮਾਤਾ ਜੀ ਬਹੁਤ ਕੁਝ ਹੁੰਦਾ ਨਹੀਂ ਨਹੀਂ ਉਹਨੇ ਤਾਂ ਦਵਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਵੀ ਬਹੁਤ ਠੀਕ ਆ ਬੱਚੇ ਨੂੰ ਬੱਚਿਆਂ ਨੂੰ ਪੜਾਉਣੀ ਆ ਉਸੇ ਸਕੂਲ 'ਚ ਵੀ ਉਸੇ ਸਕੂਲ 'ਚ ਤੂੰ ਜਾਨੀ ਆ ਮੋਜਾਂ ਮਾਰ ਜਿੰਨੀ ਕਿ ਤੈਨੂੰ ਪ੍ਰਾਈਵੇਟ ਮਿਲਦੀ ਆ ਵਦੂਆ ਅੱਛਾ ਉਸੇ ਦੀ ਬਰਕਤ ਕੋ ਭਗਵੰਤੋਆਂ ਨੇ ਕਦੇ ਸ਼ਿਫਾਰਿਸ਼ ਨਹੀਂ ਕੀਤੀ ਨਾ 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 ਕਦੇ ਸ਼ਿਫਾਰਿਸ਼ ਨਹੀਂ ਤੇ ਇੱਕ ਹੇਦਾਸ ਵਿੱਚ ਪੜਦਾ ਹੁਣ ਪਟਿਆਲੇ ਪੜਾਉਂਦੀ ਹੈ ਤੇ ਮਾਤਾ ਜੀ ਜਾਂਦੇ ਜਾਂਦੇ ਉਹ ਦਰਸ਼ਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਅਹੀਂ ਸਨੇਹਾ ਦੇਣਾ ਚਾਹੂੰਗੀ ਵੀ ਭਾਈ ਦੇਖ ਲੋ ਬਹੁਤ ਸਰਕਾਰਾਂ ਦੇਖ ਲਈਆਂ ਹੁਣ ਤੁਸੀਂ ਇੱਕ ਇੱਕ ਮੌਕਾ ਭਗਵਾਨ ਤਮਨੂ ਆਪ ਮੁਨਾਕੇ ਦੇਖ ਲੋ ਚਲ ਜੇ ਨਹੀਂ ਉਹ ਹੋਊਗਾ ਆਪਾਂ ਛੇਤੀ ਬਦਲ ਦਾਂਗੇ ਇਹ ਤਾਂ ਆਪਣੀ ਸੱਤ ਹੀ ਆ ਆਪਾਂ ਕਹਾਂਗੇ ਨਹੀਂ ਵਧੀਆ ਲੱਗਿਆ ਪਰ ਪਾਇਓ ਸੋਚ ਕੇ ਪਾਇਓ ਸੋਚ ਕੇ ਅਸੀਂ ਐ ਨਹੀਂ ਕਹਿੰਦੇ ਵੀ ਭਗਵੰਤ ਮਾਨ ਨੂੰ ਪਾਇਓ ਜੀ ਨੂੰ ਵੀ ਪਾਉਣੀਆ ਵਧੀਆ ਨੂੰ ਪਾਇਓ ਵਧੀਆ ਮੰਤਰੀ ਵਧੀਆ ਬਣਾਇਓ ਮੁੱਖ ਮੰਤਰੀ ਜੀ ਨੂੰ ਬਣਾਉਣਾ ਚਾਹੇ ਭਗਵੰਤ ਮਾਨ ਵੀ ਨਾ ਹੋਵੇ ਪਰ ਮੁੱਖ ਮੰਤਰੀ ਵਧੀਆ ਚਾਹੀਦਾ ਹਾਂ ਮੁੱਖ ਮੰਤਰੀ ਵਧੀਆ ਹੋਵੇ ਭਾ ਚਾਹੇ ਭਗਵੰਤ ਮਾਨ ਵੀ ਨਾ ਹੋਵੇ ਸੋ ਇਹ ਸਾਡੇ ਨਾਲ ਭਗਵੰਤ ਮਾਨ ਦੇ ਮਾਤਾ ਜੀ ਸੀ ਪਿੱਛੇ ਉਹਨਾਂ ਦਾ ਬਚਪਨ ਦਾ ਘਰ ਦਿਖਾਇਆ ਜੇ ਹਾਂਜੀ ਬੋਲੋ ਮਾਤਾ ਜੀ ਕਿਹੜਾ ਪਿੱਛੇ ਕੰਮ ਕਰਨ ਬੱਚਿਆਂ ਨੂੰ ਨੌਕਰੀ ਚਾਹੀਦੀ ਹੈ ਸਾਡੇ ਇਹਨਾਂ ਬਜ਼ੁਰਗਾਂ ਨੂੰ ਪਰਸਨ ਚਾਹੀਦੀ ਹੈ ਤੁਹੇ ਸਾਡੇ ਨਾਲ ਭਗਵੰਤ ਮਾਨ ਦੇ ਮਾਤਾ ਜੀ ਹੋਰੀ ਸੀ ਜਿਨ੍ਹਾਂ ਨੇ ਬਚਪਨ ਦੀਆਂ ਕੁਝ ਮਿੱਠੀਆਂ ਯਾਦਾਂ ਦੱਸੀਆਂ ਭਗਵੰਤ ਮਾਨ ਦੀਆਂ ਪਿੱਛੇ ਭਗਵੰਤ ਮਾਨ ਹੋਰਾਂ ਦਾ ਘਰ ਵੀ ਦਿਖਾਇਆ ਤੁਹਾਨੂੰ ਬਹੁਤ ਸਧਾਰਨ ਜਿਹਾ ਘਰ ਹੈ ਉਮੀਦ ਹੈ ਗੱਲਬਾਤ ਪਸੰਦ ਆਈ ਹੋਗੀ ਜੁੜੇਰੋ ਸਰਖਾਪ ਟੀਵੀ ਦੇ ਨਾਲ ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ ਧੰਨਵਾਦ